परंतु 2500 रुपया कह के भी अज सरकार केंद्र सरकार तो उस तो भी मुकर गई तो वास्ते जिहड़ा है धारीवाल साहब ने जिहड़े साडे खेती मंत्री ने उन्होंने एक बयान जारी कर दिता अपना फरमान जारी कर दिता है कि तुसीं पराली नहीं जला सकते। साडा भी दिल नहीं करता तुसीं पराली जलाउण नूं, असीं भी जिहड़ा पराली ये असीं चाहुंदे हां कि खेतां दे विच बाई जाए, परंतु एसियां कमरियां दे विच बैठ के फरमान जारी करना उन्दे ते पॉलिसी बनाउणा इह कोई जायज़ नहीं, क्योंकि जो तुसीं खेतों के उतरोगे जमीन आपकी वाही करोगे तो तुहानूं फिर पता लगेगा कि जिहड़ी पराली वाही जांदी उहदे नाल किन्ने सूंडे पैदा कीते जांदे हुंदे ने, सिउंक पैदा हुंदी उहदे ते किन्ना खर्चा ज़्यादा आउंदा है, परंतु उस चीज़ नूं मद्देनज़र भी सरकार ने जिहड़ा मुआवजा नहीं दिता तां इक फरमान जारी कर दिता है भी पराली नूं अग नहीं लाउण देवांगे, असीं दफ्तर बनावांगे, किसानां दे जिहड़े ने जोरदार परचे कराएंगे। तो देखो उही चीज़ दोबारा फिर शुरू हो रही है जिहड़ी 2020 दे विच शुरू हुई सी, ਤਾਂ ਕਿਤੇ ਨਾ ਕਿਤੇ ਇਸ ਪੱਖੋਂ ਵੀ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਨਾਕਾਮਯਾਬ ਹੋ ਰਹੀ ਹੈ, ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਨਾ ਚਾਹੁੰਦੇ ਜੇ, ਇਸ ਪੰਜਾਬ ਨੂੰ ਬਚਾਉਣਾ ਚਾਹੁੰਦੇ ਜੇ ਤਾਂ ਕਿਸਾਨਾਂ ਦੇ ਵਾਸਤੇ ਕੋਈ ਵਧੀਆ ਪੋਲਿਸੀ ਬਣਾਓ। ਅਗਰ ਤੁਹਾਡੇ ਕੋਲ ਕੋਈ ਪੋਲਿਸੀ ਨਹੀਂ ਹੈਗੀ, ਤੁਹਾਡੇ ਮੰਤਰੀਆਂ ਕੋਲ ਕੋਈ ਪੋਲਿਸੀ ਨਹੀਂ ਹੈਗੀ, ਕਿਉਂਕਿ ਮੰਤਰੀ ਤੁਸੀਂ ਸੈਲੀਬ੍ਰਿਟੀ ਵਾਲੇ ਮੰਤਰੀ ਬਣਾ ਤੇ, ਜਿਹੜੇ ਮੇਨ ਪੜ੍ਹੇ ਲਿਖੇ ਜਾਂ ਬਣਾਉਣ ਵਾਲੇ ਸੀ ਉਹਨਾਂ ਦੀ ਤੁਸੀਂ ਸਲਾਹ ਵੀ ਨਹੀਂ ਲਈ ਜਾਂ ਉਹਨਾਂ ਨੂੰ ਬਣਾਇਆ ਵੀ ਨਹੀਂ, ਕੈਬਨਿਟ ਦੇ ਵਿੱਚ ਵੀ ਸ਼ਾਮਲ ਨਹੀਂ ਕੀਤਾ, ਉਹ ਤੁਹਾਡਾ ਆਪਣਾ ਫੈਸਲਾ ਨਾ। ਬਾਕੀ ਅਗਰ ਜੇ ਪੋਲਿਸੀ ਨਹੀਂ ਬਣ ਰਹੀ ਤਾਂ ਤੁਸੀਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਨੁਮਾਇੰਦੇ ਨੇ ਅਤੇ ਬੁੱਧੀਜੀਵੀ ਨੇ, ਤੁਸੀਂ ਉਹਨਾਂ ਨੂੰ ਅੱਜ ਖੇਤੀ ਕਰਦੇ ਉਹਨਾਂ ਨੂੰ ਨਾਲ ਬਿਠਾਓ, ਉਹਨਾਂ ਤੋਂ ਪੋਲਿਸੀ ਲਓ ਤਾਂ ਬਹੁਤ ਤਰੀਕੇ। ਸਿਮਰਨ, ਇੱਕ ਸਵਾਲ ਇਹਨਾਂ ਨੂੰ ਪੁੱਛਿਓ ਕਿ ਕਿਉਂਕਿ ਹੁਣ ਪੰਜਾਬ ਸਰਕਾਰ ਨੇ ਮਨਾ ਕਰ ਦਿੱਤਾ ਕਿ ਆਪਣੇ ਹਿੱਸੇ ਦਾ 500 ਰੁਪਏ ਵੀ ਨਹੀਂ ਦੇਗਾ, ਜਿਵੇਂ 2500 ਰੁਪਏ ਦੀ ਗੱਲ ਕਰ ਰਹੇ ਕਿ ਪਰਾਲੀ ਨਾ ਸਾੜਨ ਨੂੰ ਲੈ ਕੇ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ, ਦਿੱਲੀ ਦੀ ਸਰਕਾਰ ਤੇ ਪੰਜਾਬ ਸਰਕਾਰ ਤਿੰਨੋਂ ਮਿਲ ਕੇ ਜਿਹੜੀ 2500 ਰੁਪਏ ਦੇਣੇ ਸੀਗੇ, ਲੇਕਿਨ ਹੁਣ ਪਹਿਲਾਂ ਕੇਂਦਰ ਸਰਕਾਰ ਨੇ ਮਨਾ ਕਰ ਦਿੱਤਾ, ਹੁਣ ਦਿੱਲੀ ਸਰਕਾਰ ਵੀ ਪਿੱਛੇ ਹਟ ਗਈ, ਹੁਣ ਪੰਜਾਬ ਸਰਕਾਰ ਵੀ 500 ਰੁਪਏ ਹੁਣ ਨਹੀਂ ਦੇਗੀ, ਅਤੇ ਜਿਹੜਾ ਪਰਚਾ ਹੈ ਉਹ ਤਾਂ ਹੈ ਹੀ ਹੈ ਕਿ ਜਦ ਜੇ ਤੁਸੀਂ ਪਰਾਲੀ ਸਾੜੋਗੇ ਤਾਂ। ਹੁਣ ਇਸ ਨੂੰ ਲੈ ਕੇ ਅੱਗੇ ਕੀ ਰਣਨੀਤੀ ਜਿਹੜੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੁੱਕੀ ਜਾਏਗੀ? ਕਿਸਾਨ ਮਜ਼ਦੂਰ ਕਮੇਟੀ ਵੱਲੋਂ ਪਹਿਲਾਂ ਵੀ ਜਿਹੜਾ ਹੈ ਲਗਾਤਾਰ ਇਸ ਚੀਜ਼ ਦੇ ਉੱਤੇ ਆ ਕਿ ਸਰਕਾਰ ਜਿਹੜਾ ਸਾਨੂੰ 7000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇਵੇ, ਪ੍ਰੰਤੂ ਸਰਕਾਰ ਜਿਹੜਾ 2500 ਤੋਂ ਉੱਪਰ ਦੀ ਤਾਂ ਪਰਾਲੀ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਜਿਹੜਾ ਹਵਾ ਪ੍ਰਦੂਸ਼ਣ ਜਿਹੜਾ ਇਹਨੂੰ ਖਰਾਬ ਕਰੀਏ, ਹਵਾ ਨੂੰ ਕਿਉਂਕਿ ਸਾਰੇ ਬੱਚੇ ਨਾਲ ਉਹਨੂੰ ਜ਼ਮੀਨ ਦੇ ਵਿੱਚ ਨਹੀਂ ਵਾ ਸਕਦੇ, ਕਿਉਂਕਿ ਤੇਲ ਮਹਿੰਗਾ, ਡੀਜ਼ਲ ਮਹਿੰਗਾ, ਮਹਿੰਗੀ ਇਹ ਸਾਰੇ ਇਸ ਤਰ੍ਹਾਂ ਸੁਪਰ ਸੀਟਰ ਪਾਉਣ ਵਾਸਤੇ 4x4 ਦੀ ਜ਼ਰੂਰਤ ਹੈ, 10 ਲੱਖ 15 ਲੱਖ ਰੁਪਏ 20 ਲੱਖ ਰੁਪਏ ਤੱਕ ਤਰੀਬ ਹੈ ਜਿਹੜੇ ਸੰਦ ਆਉਣਗੇ, ਤਾਂ ਫਿਰ ਹੀ ਇੱਕ ਜਿਹੜਾ ਉਹ ਜ਼ਿਮੀਂਦਾਰ ਪਰਾਲੀ ਦੇ ਵਿੱਚ ਵਾ ਸਕਦਾ। ਪਰੰਤੂ ਜਿਹੜਾ ਸਾਡਾ ਜੋ ਸਟੈਂਡ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਹੈ, ਅਗਰ ਸਰਕਾਰ ਜਿਹੜਾ ਮੁਆਵਜ਼ੇ ਨਹੀਂ ਦਿੰਦੀ ਤਾਂ ਪਰਾਲੀ ਦੇ ਜਿਹੜਾ ਹੈ ਸਾਨੂੰ ਉਹ ਪੂਰੇ ਕਾਰਨ ਮਜਬੂਰ ਨੇ ਜਿਹੜੀ ਉਹ ਜਲਾਉਣੀ ਪਏਗੀ, ਤਾਂ ਅਸੀਂ ਕਿਸਾਨਾਂ ਦੇ ਨਾਲ ਜਿਹੜਾ ਉਹ ਅੱਗੇ ਹੋ ਕੇ ਖੜਾਂਗੇ। ਠੀਕ ਹੈ, ਬਿਲਕੁਲ ਸਿਮਰਨ। ਰਾਜਿੰਦਰ, ਇਹੀ ਸਵਾਲ ਜਿਹੜੇ ਤੁਹਾਡੇ ਨਾਲ ਕਿਸਾਨ ਅੱਗੋਂ ਖੜੇ ਨੇ ਉਹਨਾਂ ਨੂੰ ਵੀ ਪੁੱਛੋ ਕਿ ਪਰਾਲੀ ਨੂੰ ਲੈ ਕੇ ਸਰਕਾਰ ਨੇ ਪਹਿਲਾਂ ਕਿਹਾ ਕਿ ਨਾ ਜਲਾਓ, ਫਿਰ ਕਿਹਾ ਕਿ ਅਸੀਂ ਮੁਆਵਜ਼ਾ ਦੇਣਗੇ, ਹੁਣ ਉਹ ਮੁਆਵਜ਼ਾ ਵੀ ਜਿਹੜਾ ਹੈ ਨਹੀਂ ਮਿਲੇਗਾ, ਨਾ ਪੰਜਾਬ ਸਰਕਾਰ ਦੇਗੀ ਨਾ ਹੀ ਕੇਂਦਰ ਸਰਕਾਰ ਦੇਗੀ, ਅਤੇ ਕਿਉਂਕਿ ਹੁਣ ਸਰਦੀਆਂ ਆਉਣੀ, ਹੁਣ ਉਹੀ ਜਿਹੜਾ ਹੈ ਰਾਗ ਫਿਰ ਤੋਂ ਸ਼ੁਰੂ ਹੋ ਜਾਏਗਾ ਕਿ ਪੋਲਿਊਸ਼ਨ ਹੋ ਰਿਹਾ ਹੈ, ਪਰਿਆਵਰਨ ਖਰਾਬ ਹੋ ਰਿਹਾ ਹੈ, ਅਤੇ ਅੱਗੇ ਕੀ ਰਣਨੀਤੀ ਉਹਨਾਂ ਵੱਲੋਂ ਅਪਣਾਈ ਜਾਏਗੀ, ਜਾਂ ਸਾਰੇ ਮਿਲ ਕੇ ਕੀ ਸਰਕਾਰ ਨਾਲ ਦੁਬਾਰਾ ਤੋਂ ਗੱਲਬਾਤ ਕਰਾਂਗੇ ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਜੇਕਰ ਤੁਸੀਂ ਪਰਾਲੀ ਸਾੜਦੇ ਹੋ ਤਾਂ ਤੁਹਾਡੇ ਖਿਲਾਫ ਜਿਹੜੀ FIR ਤੋਂ ਜ਼ਰੂਰ ਰਜਿਸਟਰ ਹੋਏਗੀ, ਇਹ ਸਰਕਾਰ ਨੇ ਕਹਿ ਦਿੱਤਾ ਹੈ। ਜਿਹੜੀ ਪਰਾਲੀ ਸਾੜਨ ਦੀ ਗੱਲ ਆ ਰਹੀ ਹੈ ਪਿਛਲੇ ਲੰਬੇ ਸਮੇਂ ਦੌਰਾਨ ਆ ਰਹੀ ਹੈ ਕਿ ਕਿਸਾਨ ਆਪਣੀ ਪਰਾਲੀ ਨਹੀਂ ਸਾੜਨਗੇ ਕਿਉਂਕਿ ਉਹਨਾਂ ਪ੍ਰਦੂਸ਼ਣ ਹੋ ਰਿਹਾ, ਦਿੱਲੀ ਦੇ ਵਿੱਚ ਜਾ ਕੇ ਪ੍ਰਦੂਸ਼ਣ ਹੋ ਰਿਹਾ, ਹਰਿਆਣਾ ਰਸਤੇ 'ਚ ਪੈਂਦਾ ਉਹਨੂੰ ਛੱਡ ਦਿੱਤਾ ਜਾਂਦਾ ਆ, ਦਿੱਲੀ ਦੇ ਵਿੱਚ ਜਾ ਕੇ ਪ੍ਰਦੂਸ਼ਣ ਹੁੰਦਾ ਹੈ, ਵੀ ਪੰਜਾਬ ਦੀ ਜਿਹੜੀ ਪਰਾਲੀ ਸਾੜੀ ਜਾਂਦੀ ਆ, ਜਿਹੜੀਆਂ ਉਹਨਾਂ ਨੇ ਪਹਿਲੇ ਕੀਤਾ ਸੀ ਵੀ ਇਸਦੇ ਸਬਸਿਡੀਆਂ ਦਿੱਤੀਆਂ ਜਾਣਗੀਆਂ, ਕੋਈ ਆਧੁਨਿਕ ਮਸ਼ੀਨਾਂ ਦਿੱਤੀਆਂ ਜਾਣਗੀਆਂ, ਵੀ ਉਹਨਾਂ ਦੀ ਪਰਾਲੀ ਦੀ ਰੇਟ ਤੱਕ ਸਾਂਭਣ ਲਈ ਵਾਸਤੇ ਜਿਹੜੀਆਂ ਕਿਸਾਨਾਂ ਨੂੰ ਕੁਛ ਨਾ ਕੁਛ ਦਿੱਤਾ ਜਾਵੇਗਾ,
पर अज तक सरकार धरातल के बिल्कुल जीरो साबित हो गए हैं, चाहे मान सरकार है, चाहे कांग्रेस सरकार है, चाहे बादल सरकार रही है। इस विशेष करके गल करते हैं साढ़े नाल जंगवीर सिंह चौहान ने, चौहान साहब जी ने 40 साल हो गए जो उन्होंने कहा पंजाब सरकार ने कहा स्पष्ट रणनीति क्लीयर है, असीं तां किसानां नाल खड़े हाँ। जेकर सरकार वादा करके मुकरदी है, सरकार ने देखो अपनी प्रपोजल रखी सी केंद्र सरकार दे कोल कि 1500 रुपया तुसीं सानूं दिओ, दिल्ली सरकार 500 रुपया दूगी, 500 रुपया पंजाब सरकार दे। देखो जो वादे करते हैं उदों कोई सोच समझ के करिया करो। साडियां जथेबंदियां ने तां मंग पहलां तों इह रखी आ, जिस तरह किसान मजदूर संघर्ष कमेटी के साथ साथियों ने दसिया, उन्होंने 7000 की मंग रखी है। असी तो यह कहा कि चलो कभी ये गल कर लेंगे 5000 रुपया सानू दे दो, 5000 से असी जरा सार लाँगे, पर 5000 देने तो भी सरकार बेबसिया। इस तरह साथी ने दसिया सबसिडियां की गल जी सुपर सीडी है, एक बहुत वही धांधली हुई है। सबसिडियां पिछलिया सरकार ने सुपर सीडर से दिखाई सी, मतलब कि 70000 का सानू सुपर सीडर मिल जाता है। अज ही वह सुपर सीडर सानू महंगे भाव से मिल रहे हैं। वो सुपर सीडर बाजार के 2,60,000 का शुरू हो जिहड़ा कि मैं रात कुलदीप सिंह धालीवाल जी का बयान सुनता सी, वह कहिंदे कि 2,05,000 रुपए 10,000 रुपए का सुपर सीडर आ, 1,05,000 असीं सबसिडी दिंदे आ, इहदा मतलब 50% सबसिडी हो गई। पर जो आप फर्म के कोल जाते हैं तो वो 2,60,000 रुपए का, तो कितने ना कि मैं कहना इन्हों दी गल्लां दे विच ते फर्मां दे जिहड़े रेटां दे विच फर्क क्यों आ, ये हाल तक भी धांधली जी इस तरह बरकरार रहा। तो साडा तां बिल्कुल स्टैंड क्लीयर आ, जेकर तां सरकार 5000 रुपया प्रति एकर किसानां नूं राहत दिंदी है तो फिर ठीक आ, फिर असीं जिहड़ी अपनी पराली का प्रबंध आप ही कर लवांगे, कोई गल नहीं। सरकार नूं मशीनां भी देण दी कोई लोड़ नहीं, सरकार नूं होर भी उपराले कोई करन दी लोड़ नहीं। असीं नूं चाहुंदे कि आपां वातावरण नूं दूषित करिए, असीं कोई इहो जिहे हादसे होण जिहदा असीं हामी बणीए, असीं तां कुदरत नाल खिलवाड़ करन वास्ते पहलां वी तैयार नहीं है। पर सरकार कितने खड़ी है, सरकार दी नलायकियां कारण अज किसान भुगता नजर आ रहा, किसानों को मुआवजा नहीं मिल रहा, किसानों को असली दवाइया असली खादा नहीं मिल रही, सारा कुछ नकली मिल रहा। इतों तक कि चिट्टा जहर साढ़े पंजाब के घर घर तक पहुँच गया, इन दुध कहने ओलंपिक स्किन की बीमारी आ गई, और ओलंपिक स्किन की बीमारी के नाल हजारा पशु जोड़े आ मर गए, तो दुध का उत्पाद हाले भी बढ़िया हुआ, तो दुध आता कितों आ। इतने तो सरकार नत पावे, आने वाली जी सा पीढ़ी है वह क्यों तुम नत कर रहे हैं, क्यों उन्होंने बीमारियां घट रहे हैं। तो सरकार के कोई सिस्टम नहीं गई, कोई नीति नहीं सरकार के कोई, सरकार तो सिर्फ हवा च गल करती है। तो साडा स्टैंड इतने यह क्लीयर आ कि जेकर सरकार 5000 रुपया किसानों राहत देती है तो ठीक आ, नहीं तो फिर मजबूर सानू किसानों ना खड़े होकर अग लगानी पेगी उन्होंने। और दूजी गल ये गल क्लीयर आ कि सरकार ने परचे करने कर दें कोई गल नहीं, और साडा भी स्टैंड क्लीयर आ जिहड़े खेतों के सर्वे करना होगा भी उन्होंने अं घेरा भी उसे और देखा कि परचे कहड़ा तो किस तरीके करता है। परचे तो पहलिया सरकार ने भी किए, परचे इन्होंने भी किए हैं, तो मैं एक गल करता तो खाली तौर पर कुछ नहीं होना, गलों के नाल तो कुछ नहीं होना। यह कहते कि असं जागरूकता कैंप लगाने, एक किसान तो पहले ही जागरूक आ, किसानों के कोल है कि करजे की पंड किसानों के सिर पर चढ़ी हुई है, जहाँ कि अज तक पिछलिया सरकार ने यह गल कह दी कि असं पूर्ण करजा माफी करा, तो साढ़े अद्धे किसानों का करजा माफ कर दिता, तो जोड़ा करजा हाले अद्धे किसानों के उपर सिर के उपर जो का तेल चढ़ा आ। सो वो जी करजे भारी हो गया, लोग डिफाल्टर हो गया, किसान डिफाल्टर हो गया। सो सरकार नलायकियां कारण अज किसान जोड़ा किसानी करता पंजाब डुबदा नजर आ रहा। जेकर सरकार ने पंजाब सरकार ने गांह ना खड़ी तो आने वाले समय के जोड़ा किसान आत्महत्या करने वास्ते तो मजबूर होगा, लेकिन जी सरकार नवी बनाई है जितों इन आसा सी यदा भी फायदा जी वादा खिलाफी जी पंजाब सरकार ने या केंद्र सरकार ने किसानों करके लागू की है पराली साड़न की, वादा खिलाफी उत्ते अपना वादा नहीं निभाएंगे तो किसानों ने पराली पानी है खेतों ने देखिया भी इन्होंने कहा कि साड़िया जथेबंदियां उन्होंने किसानों के नाल खड़िया रहनगियां। बिल्कुल, तो होर कोई ऑप्शन ना होने कारण जोड़ा है उन्होंने ये रास्ता जोड़ा इख्तियार करना पेगा। सिमरन एक सवाल इन्होंने पूछो, इस बार जोड़ा रेट मिल रहा है वो रेट किन्ना है झोने का, तो दूजे पासे नवी सरकार बनी सी नवी उम्मीदा के नाल पहली बारी जी झोने की खरीद उन्हों की सरकार वेले शुरू हो रही है, की उम्मीद सी सरकार तो पूरी हो रही है इन्हों की उम्मीदा? Thank you.
ਜੀ ਪੂਜਾ ਸਾਡੇ ਨਾਲ ਹੀ ਨੇ ਕਿਸਾਨ ਆਗੂ ਗੱਲਬਾਤ ਸਰਕਾਰ ਦੇ ਵੱਲੋਂ ਦਾਅਵੇ ਬੜੇ ਵੱਡੇ ਵੱਡੇ ਕੀਤੇ ਜਾਂਦੇ ਨੇ ਕਿ ਪਹਿਲਾਂ ਮੰਡੀਆਂ ਨੂੰ ਲੈ ਕੇ 1 ਤਰੀਕ ਤੋਂ ਆਪਣਾ ਬੋਲੀ ਸ਼ੁਰੂ ਹੋਣੀ ਗੱਲ ਕਰੀਏ ਇਸ ਵਾਸਤੇ ਸਰਕਾਰ ਨੇ ਕੋਈ ਮੁਆਵਜ਼ਾ ਹੋਰ ਨਾਲ ਦੇਣ ਦੀ ਗੱਲ ਕੀਤੀ ਹੈਗੀ ਜਾਂ ਦੀ ਗੱਲ ਕੀਤੀ ਹੋਣੀ ਜਾਂ ਕਿੰਨਾ ਰੇਟ ਪਹਿਲਾਂ ਦੇਖੋ ਜਾਣੇ ਜਿਹੜਾ ਬਹੁਤ ਸਾਰਾ ਮੁਆਵਜ਼ਾ ਜਾਂ ਇਸ ਚੀਜ਼ ਕੋਈ ਜਿਹੜੀ ਸਰਕਾਰ ਵੱਲੋਂ ਗੱਲ ਨਹੀਂ ਕੀਤੀ ਜਾਈ 2000 ਦੀ ਜਿਹੜਾ ਇਸ ਦਾ ਰੇਟ ਪਹਿਲਾਂ ਵਾਇਦਾ ਆ ਚੱਲ ਦੇਖੋ ਬੜੇ ਵਾਅਦੇ ਨਾਲ ਲੋਕਾਂ ਨੇ ਬੁਲਾਇਆ ਤੂੰ ਉਹ ਇਹੀ ਲੱਗਿਆ ਜਿਹੜਾ ਬਦਲਾਅ ਹੈ ਉਹ ਅਜੇ ਕੋਈ ਨਹੀਂ ਆਇਆ ਪਰ ਜਿੱਦਾਂ ਪਹਿਲਾਂ 5 ਸਾਲ ਦੂਜਾ ਸਰਕਾਰ ਨੇ ਜਿਆਦਾ ਇਹ ਵੀ ਜਿਹੜਾ ਉਸੇ ਆਦਤ ਤੇ ਚੱਲੇ ਨੇ ਇਹਨਾਂ ਦੇ ਜਾਣੇ ਕੋਈ ਦੇਖੋ ਕਿਸਾਨ ਅੱਜ ਜਦੋਂ ਪੁੱਛੀਆਂ ਕਰਨ ਨੂੰ ਮਜਬੂਰ ਹੋਇਆ ਪਿਆ ਹਰੇਕ ਕਿਸਾਨ ਦਾ ਜਿਹੜਾ ਕਰਜ਼ਾ ਲੱਖਾਂ ਰੁਪਏ ਦਾ ਜਿਹੜਾ ਕਰਜ਼ਾ ਹਰੇਕ ਕਿਸਾਨ ਦੇ ਸਿਰ 'ਤੇ ਤਾਂ ਤੁਸੀਂ ਸਹੀ ਪਾਲਿਸੀ ਨਹੀਂ ਬਣਾਉਂਦੇ ਸਹੀ ਤਰੀਕੇ ਨਾਲ ਕਿਸਾਨ ਦੀ ਫਸਲ ਨਹੀਂ ਤੁਲਦੀ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਰੇਟ ਨਹੀਂ ਮਿਲਦਾ ਤਾਂ ਕਿਸਾਨ ਕਿਤੇ ਨਾ ਕਿਤੇ ਦੱਬਿਆ ਹੀ ਜਾਏਗਾ ਉਹ ਨਹੀਂ ਉੱਠ ਸਕਦਾ ਹੁਣ ਜਿਸ ਤਰ੍ਹਾਂ ਕੇਰਲਾ ਸਰਕਾਰ ਨੇ ਤਕਰੀਬਨ 15-20 ਫਸਲਾਂ ਦੀ MSP ਦੀ ਗਰੰਟੀ ਦਿੱਤੀ ਹੈ ਤਾਂ ਪੰਜਾਬ ਸਰਕਾਰ ਤੋਂ ਲਗਾਤਾਰ ਇਹੀ ਮੰਗ ਕਰਦੇ ਆ ਰਹੇ ਹਾਂ ਕਿ ਸਾਨੂੰ ਵੀ ਜਿਹੜੀ MSP ਦੀ ਗਰੰਟੀ ਤੁਸੀਂ ਇੰਨੀਆਂ ਫਸਲਾਂ ਦੀ ਦੇ ਦਿਓ ਤਾਂ ਜਦੋਂ ਸਰਪੰਨ ਬਣਨੀ ਸੀਗੀ ਅਜੇ ਵੋਟਾਂ ਦਾ ਟਾਈਮ ਸੀ ਤਾਂ ਭਗਵੰਤ ਮਾਨ ਸਰਕਾਰ ਨੇ ਵੀ ਇਹ ਜਿਹੜਾ ਆਮ ਆਦਮੀ ਸਰਕਾਰ ਨੇ ਵੀ ਬੋਲਿਆ ਸੀਗਾ ਕਿ MSP ਦੀ ਗਰੰਟੀ ਜਿਹੜੀ ਹੈ ਅਸੀਂ ਉਹ ਤੁਹਾਨੂੰ ਸਰਕਾਰ ਬਣਦਿਆਂ ਦੇ ਨਾਲ ਹੀ ਦਿਆਂਗੇ ਬੀਬੀ ਅਨਮੋਲ ਗਗਨਦੀਪ ਕੌਰ ਜਿਹੜੀ ਹੈ ਕੈਬਨਿਟ ਮੰਤਰੀ ਹੈ ਅਤੇ ਉਹਨਾਂ ਨੇ ਤਾਂ ਚੰਨੀ ਸਰਕਾਰ ਦੇ ਟਾਈਮ 'ਤੇ ਵੀ ਇਹ ਬੋਲਿਆ ਸੀ ਕਿ ਤੁਸੀਂ ਸਰਕਾਰ ਨੂੰ ਛੱਡੋ ਅਸੀਂ 5 ਮਿੰਟ ਦੇ ਵਿੱਚ ਜਿਹੜਾ ਹੈ ਉਹ ਕੇਜਰੀਵਾਲ ਸਾਹਿਬ ਨੂੰ ਪਤਾ ਹੈ ਕਿਸ ਤਰ੍ਹਾਂ ਕਰਨਾ ਹੈ ਪੈਸਾ ਕਿੱਥੋਂ ਲੈ ਕੇ ਆਉਣਾ ਤੁਸੀਂ ਅੱਜ ਦੇ ਬਿਆਨ ਉਹਨਾਂ ਦੇ ਸੁਣ ਸਕਦੇ ਜੀ ਤਾਂ ਅਸੀਂ 5 ਮਿੰਟਾਂ ਦੇ ਵਿੱਚ ਜਿਹੜੀ MSP ਦੀ ਗਰੰਟੀ ਜਿਹੜੀ ਉਹ ਤੁਹਾਨੂੰ ਦੇ ਦਿਆਂ ਪਰੰਤੂ ਆ 6 ਮਹੀਨੇ ਹੋ ਗਏ ਉਸ ਫਸਲ MSP ਦੀ ਗਰੰਟੀ ਦੇ ਉੱਤੇ ਕੋਈ ਵੀ ਜਿਹੜੀ ਗੱਲਬਾਤ ਹੈ ਉਹ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਇਹ ਵੀ ਦਿੱਲੀ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਨੇ ਪਰੰਤੂ ਜਿਹੜਾ ਪੰਜਾਬ ਦੇ ਕਿਸਾਨ ਨੇ ਜਿਹੜਾ ਉਹ ਦਿੱਲੀ ਦੇ ਹੱਥਾਂ ਦੇ ਵਿੱਚ ਜਿਹੜਾ ਇਹ ਪੰਜਾਬ ਦੀ ਵਜ਼ਾਰਤ ਨੂੰ ਨਹੀਂ ਜਾਣ ਦੇਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ ਬਿਜਲੀ ਨਿੱਜੀਕਰਨ ਕੀਤਾ ਜਾ ਰਿਹਾ ਅੱਜ ਅਜੇ ਤੀਕਰ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਉੱਤੇ ਵੀ ਕੋਈ ਸਟੈਂਡ ਨਹੀਂ ਆਇਆ ਤਾਂ ਜਿਹੜੀ ਪੰਜਾਬ ਦੀ ਬਿਜਲੀ ਹੈ ਉਹ ਵੀ ਕਿਤੇ ਨਾ ਕਿਤੇ ਖੋਈ ਜਾ ਰਹੀ ਹੈ ਤਾਂ ਉਹਦੇ ਵੀ ਜਿਹੜੇ ਅੱਜ ਨੇ ਮੋਦੀ ਸਰਕਾਰ ਦੇ ਖਿਲਾਫ ਪੁਤਲੇ ਉਹਦੇ ਨਾਲ ਜਿਹੜਾ ਪੰਜਾਬ ਸਰਕਾਰ ਦਾ ਵੀ ਵਿਰੋਧ ਜਿਹੜਾ ਉਸੇ ਤਰ੍ਹਾਂ ਹੀ ਕੀਤਾ ਜਾਏਗਾ ਅਗਰ ਜੇ ਪੰਜਾਬ ਸਰਕਾਰ ਜਿਹੜਾ ਉਹ ਕਿਸਾਨਾਂ ਦੇ ਨਾਲ ਨਹੀਂ ਕਰਦੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਕਿ ਆਮ ਆਦਮੀ ਪਾਰਟੀ ਤੋਂ ਕਿਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੂਜੀਆਂ ਸਰਕਾਰਾਂ ਨੇ ਪਹਿਲਾਂ ਤਿੰਨੇ ਵਾਅਦੇ ਕੀਤੇ ਨੇ ਕੀਤੇ ਉਸੇ ਤਰ੍ਹਾਂ ਆਮ ਆਦਮੀ ਵੱਲੋਂ ਵਾਅਦੇ ਜਿੰਨੇ ਪਰ ਪੂਰੇ ਨਹੀਂ ਕੀਤੇ ਗਏ ਜੀ ਪੂਜਾ ਬਿਲਕੁਲ ਤੇ ਸਰਕਾਰ ਨੇ ਤਾਂ ਕਹਿ ਦਿੱਤਾ ਹੈ ਕਿ ਅਸੀਂ ਜਿਹੜਾ 1 ਅਕਤੂਬਰ ਤੋਂ ਤਿਆਰੀਆਂ ਜਿਹੜੀਆਂ ਸ਼ੁਰੂ ਕਰਨਗੇ ਝੋਨਿਆਂ ਜਿਹੜੀ ਸਰਕਾਰੀ ਖਰੀਦ ਦੀ ਸ਼ੁਰੂ ਹੋ ਜਾਏਗੀ ਲੇਕਿਨ ਕਿਸਾਨਾਂ ਦੀ ਹਾਲੇ ਵੀ ਕੁਝ ਮੰਗਾਂ ਨੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਖਾਸ ਕਰ ਪਰਾਲੀ ਨੂੰ ਲੈ ਕੇ ਅਤੇ ਜਿਹੜੀ ਖਰੀਦ ਹੈ ਉਸਦਾ ਜਿਹੜਾ ਜਿਹੜਾ ਇਹਨਾਂ ਦਾ ਪਿਛਲਾ ਮੁਆਵਜ਼ਾ ਹੈ ਕਿਉਂਕਿ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ ਵੀ ਮੁਆਵਜ਼ਾ ਦੇਣ ਦੀ ਗੱਲ ਮੁੱਖ ਮੰਤਰੀ ਨੇ ਆਖੀ ਸੀਗੀ ਅਤੇ ਸਮੇਂ ਸਮੇਂ 'ਤੇ ਜਿਹੜੇ ਕੁਲਦੀਪ ਧਾਲੀਵਾਲ ਖੇਤੀਬਾੜੀ ਮੰਤਰੀ ਉਹਨਾਂ ਨੇ ਵੀ ਕਈ ਏਰੀਆਜ਼ ਦਾ ਦੌਰਾ ਕੀਤਾ ਸੀ ਪੰਜਾਬ ਦਾ ਅਤੇ ਉੱਥੇ ਜਾ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਲੇਕਿਨ ਉਸਦਾ ਕੋਈ ਨਤੀਜਾ ਜਾਂ ਮੁਆਵਜ਼ਾ ਕਹੀਏ ਉਹ ਹਾਲੇ ਤੱਕ ਜਿਹੜਾ ਹੈ ਕਿਸਾਨਾਂ ਨੂੰ ਨਹੀਂ ਮਿਲਿਆ ਹੈ ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੰਡੀਆਂ ਦੇ ਹਾਲਾਤ ਤੁਸੀਂ ਦਿਖਾਈ ਉਹ ਸੁਧਰਨਗੇ ਅਤੇ ਲੋਕਾਂ ਨੂੰ ਇੱਥੇ ਖਾਸ ਕਰ ਕਿਸਾਨਾਂ ਨੂੰ ਉੱਥੇ ਸਹੂਲਤ ਜ਼ਰੂਰ ਮਿਲੇਗੀ ਬਹੁਤ ਬਹੁਤ ਧੰਨਵਾਦ ਰਾਜਿੰਦਰ ਸਾਡੇ ਨਾਲ ਜੁੜੇ ਨੇ ਸਿਮਰਨ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਸਹਿਯੋਗੀ ਜੁੜੇ ਸੀਗੇ ਗਰਾਊਂਡ ਰਿਪੋਰਟ ਗਰਾਊਂਡ ਰਿਐਲਿਟੀ ਤੁਹਾਨੂੰ ਦਿਖਾ ਰਹੇ ਸੀਗੇ ਆਖਿਰ ਮੰਡੀਆਂ ਦੇ ਕੀ ਮੰਡੀਆਂ ਦੇ ਵਿੱਚ ਕੀ ਕੁਛ ਹਾਲਾਤ ਨੇ ਅਤੇ ਕਿਸਾਨਾਂ ਦਾ ਆਖਿਰ ਕੀ ਕੁਛ ਕਹਿਣਾ ਹੈ ਅਤੇ ਅੱਜ ਦਾ ਮੁੱਦਾ ਇਹ ਸੀਗਾ ਕਿ 1 ਅਕਤੂਬਰ ਤੋਂ ਜਿਹੜੀ ਹੈ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਅਤੇ ਉਸਨੂੰ ਲੈ ਕੇ ਇੰਤਜ਼ਾਮ ਕੀ ਨੇ ਕਿਸਾਨ ਕੀ ਚਾਹੁੰਦੇ ਨੇ ਲੇਕਿਨ ਜਿਹੜੇ ਹਾਲਾਤ ਨੇ ਉਹ ਕੁਛ ਹੋਰ ਹੀ ਨਜ਼ਰ ਆ ਰਹੇ ਹੈ ਅਤੇ ਸਰਕਾਰ ਨੂੰ ਇਸ ਸੋਲ ਧਿਆਨ ਦੇਣ ਵੀ ਦੀ ਵੀ ਲੋੜ ਹੈ ਖਾਸ ਕਰ ਪਰਾਲੀ ਨੂੰ ਲੈ ਕੇ ਕਿਉਂਕਿ 2500 ਰੁਪਏ ਦੇਣ ਦੀ ਗੱਲ ਆਖੀ ਗਈ ਸੀ ਕੇਂਦਰ ਸਰਕਾਰ ਨੇ ਮਨਾ ਕਰ ਦਿੱਤਾ ਉਸ ਤੋਂ ਬਾਅਦ ਦਿੱਲੀ ਸਰਕਾਰ ਵੀ ਪਿੱਛੇ ਹਟ ਗਈ ਹੁਣ ਪੰਜਾਬ ਸਰਕਾਰ ਦਾ ਵੀ ਕਹਿਣਾ ਕਿ ਅਸੀਂ 500 ਰੁਪਏ ਵੀ ਕਿਸਾਨਾਂ ਨੂੰ ਪਰਾਲੀ ਦਾ ਨਹੀਂ ਦੇਣਗੇ ਇਸ ਤੋਂ ਇਲਾਵਾ ਜੇਕਰ ਪਰਾਲੀ ਸਾੜਦੇ ਹੋ ਤਾਂ 500 ਰੁਪਏ ਦੇ ਜਿਹੜੇ ਚਾਰਜਿਸ ਨੇ ਜਿਹੜੇ ਪੈਸੇ ਹੈ ਉਹ ਤੁਹਾਨੂੰ ਜਿਹੜੇ ਹੈ ਉਹ ਨਹੀਂ ਮਿਲਣਗੇ ਲੇਕਿਨ ਤੁਹਾਡੇ ਖਿਲਾਫ਼ ਪਰਚਾ ਜ਼ਰੂਰ ਦਰਜ ਹੋ ਜਾਏਗਾ ਅਤੇ ਕਿਸਾਨਾਂ ਦਾ ਪੁਆਇੰਟ ਆਫ ਵਿਊ ਸੁਣਨ ਦੀ ਵੀ ਲੋੜ ਹੈ ਮੀਟਿੰਗ ਇੱਕ ਹੋਣੀ ਚਾਹੀਦੀ ਇਸ ਨੂੰ ਲੈ ਕੇ ਵੀ ਅਤੇ ਤਾਂ ਜੋ ਜਿਹੜਾ ਹੈ ਕਿਸਾਨ ਵੀ ਜਿਹੜਾ ਹੈ ਪਰਾਲੀ ਨਾ ਸਾੜਨ ਉਹਨਾਂ ਨੇ ਜਿਵੇਂ ਕਹਿ ਰਹੇ ਸੀ ਕਿ ਸਾਨੂੰ ਕੋਈ ਸ਼ੌਕ ਨਹੀਂ ਹੈ ਲੇਕਿਨ ਮਜਬੂਰੀ ਹੈ ਕਿ ਸਾਨੂੰ ਪਰਾਲੀ ਸਾੜਨੀ ਪੈਂਦੀ ਹੈ ਅਤੇ ਅੱਜ ਦਾ ਮੁੱਦਾ ਇਹ ਸੀਗਾ ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ ਤਦ ਤੱਕ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ